ਮੈਂਬਰ ਨਾਲ ਮੇਰਾ ਵੀ ਪਰਿਵਾਰਕ ਰਿਲੇਸ਼ਨ ਹੈ, ਮੇਰੇ ਪਰਿਵਾਰ ਦਾ ਪਰਿਵਾਰਕ ਰਿਲੇਸ਼ਨ ਹੈ। ਭਾਬੀ ਸਾਡੀ ਵੱਡੀਆਂ ਭਾਬੀਆਂ ਮਾਵਾਂ ਵਰਗੀਆਂ ਹੁੰਦੀਆਂ, ਸਾਡੀ ਮਾਂ ਉਹ ਜਿਹੜੀ ਭਾਬੀ ਸਾਡੀ ਅੱਜ ਦੁੱਖ ਦੇ ਵਿੱਚ ਹੈ, ਬੱਚੇ ਸਾਡੇ ਬੱਚਿਆਂ ਵਰਗੇ ਨੇ। ਸੋ ਉਹ ਤਕਲੀਫ ਵੀ ਸਾਨੂੰ ਵੀ ਓਡੀ ਉਹ ਤਕਲੀਫ ਹੈ ਜਿੰਨੀ ਅੱਜ ਉਸ ਪਰਿਵਾਰ ਦੇ ਵਿੱਚ ਹੈ। ਅੱਜ ਮੈਂ ਸੁਣਦਾ ਸੀ ਕਿ ਡਰਿੰਕ ਕਰਕੇ ਗਾਲਾਂ ਕੱਢਦੇ ਆ, ਇਹ ਕਰਦੇ ਆ, ਉਹ ਕਰਦੇ। ਉਹ ਰੂਟੀਨ 'ਚ ਜੇ ਦੋ ਚਾਰ ਦਿਨ ਬਾਅਦ ਕਿਤੇ ਪੀਂਦੇ ਵੀ ਸੀ, ਇੰਨੀ ਪੀਂਦੇ ਸੀ, ਜ਼ਿਆਦਾ ਵੀ ਪੀਂਦੇ ਸੀ, ਸਾਰੇ ਮਿੱਤਰ ਬੈਠ ਕੇ ਵੀ ਉਹ ਪੀਂਦੇ ਸੀ, ਪਰ ਕਦੇ ਮੈਂ ਨਹੀਂ ਦੇਖਿਆ ਕਿ ਕਦੇ ਅਪਸ਼ਬਦ ਕਿਸੇ ਕਿਸੇ ਭਰਾ ਨੂੰ ਉਹਨਾਂ ਨੇ ਬੋਲਿਆ। ਪਰਿਵਾਰਾਂ 'ਚ ਵੀ ਬੈਠ ਕੇ ਅਸੀਂ ਰੋਟੀਆਂ ਲੰਗਰ ਕਿਤੇ ਲੰਗਰ ਕਹਿੰਦਾ ਡਿਨਰ ਕਰਨ ਗਏ, ਕਿਸੇ ਦੇ ਘਰ ਬੈਠੇ, ਕਿਸੇ ਮਿੱਤਰ ਦੇ ਘਰ ਬੈਠੇ, ਉਹਨਾਂ ਨੇ ਉੱਥੇ ਡਰਿੰਕ ਕੀਤੀ, ਪਰ ਇੱਦਾਂ ਦਾ ਕਦੇ ਵੀ ਕੋਈ ਅਪਸ਼ਗਨ ਅਪਸ਼ਬਦ ਨਹੀਂ ਬੋਲਿਆ। ਐਂਡ ਮੈਨੂੰ ਲੱਗਦਾ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਤੀਜੀ ਤੇ ਰਾ ਕੇ ਰਲਦੀ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਮਿੱਤਰ ਹੈ, ਉਹ ਥੋੜ੍ਹਾ ਜਿਹਾ ਫਿਰ ਉਹ ਮਸਲਾ ਵਿਵਾਦ ਬਣ ਜਾਂਦਾ। ਜਿਹੜਾ ਬੰਦਾ ਉੱਥੇ ਨਾਲ ਆ, ਮੈਂਬਰ ਭਰਾ ਆਪਣੀਆਂ ਸਫਾਈਆਂ ਦਿੰਦਾ, ਘਰਦੇ ਆਪਣੀਆਂ ਸਫਾਈਆਂ ਦਿੰਦੇ ਨੇ, ਉਹਨਾਂ ਦਾ ਮਸਲਾ ਉਹੀ ਜਾਣਦੇ ਨੇ। ਆਪਾਂ ਉਹਦੇ ਵਿੱਚ ਨਾ ਪਈਏ ਅਤੇ ਨਾ ਬੋਲੀਏ ਅਤੇ ਉਹ ਪਰਿਵਾਰ ਨੂੰ ਜੋੜ ਕੇ ਰੱਖੀਏ। ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਉੱਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸੀ, ਜਿਸ ਤੋਂ ਬਾਅਦ ਲੈਂਬਰ ਹੁਸੈਨਪੁਰੀ ਦਾ ਪੱਖ ਵੀ ਸਾਹਮਣੇ ਆਇਆ। ਦੱਸ ਦਈਏ ਕਿ ਹੁਣ ਉਹਨਾਂ ਦੇ ਕਰੀਬੀ ਦੋਸਤ ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਲਾਈਵ ਹੋ ਕੇ ਕਿਹਾ ਕਿ ਇਹ ਉਹਨਾਂ ਦੇ ਪਰਿਵਾਰ ਦਾ ਮਸਲਾ ਏ ਤੇ ਉਹਨਾਂ ਨੂੰ ਹੀ ਸੁਲਝਾਉਣ ਦਿੱਤਾ ਜਾਵੇ, ਤੇ ਉਹ ਵੀ ਚਾਹੁੰਦੇ ਨੇ ਕਿ ਇਹ ਪਰਿਵਾਰ ਇੱਕ ਵਾਰ ਫਿਰ ਤੋਂ ਇਕੱਠਾ ਹੋ ਜਾਵੇ। ਹੁਣ ਕੀ ਕੁਝ ਕਿਹਾ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ, ਤੁਸੀਂ ਵੀ ਸੁਣੋ। ਬਿਲਕੁਲ ਜੀ, ਲੈਂਬਰ ਭਰਾ ਸਾਡਾ, ਜਿਹੜੇ ਮਸਲੇ ਨੇ ਦੇਖੋ, ਘਰ ਘਰ ਦੇ ਮਸਲੇ ਨੇ। ਜਿਹੜਾ ਲੈਂਬਰ ਵੀਰ ਨਾਲ ਵੀ ਸਾਰੇ ਆਪਾਂ ਨੈੱਟ 'ਤੇ ਦੇਖ ਰਹੇ ਹਾਂ, ਲੈਂਬਰ ਨਾਲ ਮੇਰਾ ਵੀ ਪਰਿਵਾਰਕ ਰਿਲੇਸ਼ਨ ਹੈ, ਮੇਰੇ ਪਰਿਵਾਰ ਦਾ ਪਰਿਵਾਰਕ ਰਿਲੇਸ਼ਨ ਹੈ। ਭਾਬੀ ਸਾਡੀ ਵੱਡੀਆਂ ਭਾਬੀਆਂ ਮਾਵਾਂ ਵਰਗੀਆਂ ਹੁੰਦੀਆਂ, ਸਾਡੀ ਮਾਂ ਉਹ ਜਿਹੜੀ ਭਾਬੀ ਸਾਡੀ ਅੱਜ ਦੁੱਖ ਦੇ ਵਿੱਚ ਹੈ, ਬੱਚੇ ਸਾਡੇ ਬੱਚਿਆਂ ਵਰਗੇ ਨੇ। ਸੋ ਉਹ ਤਕਲੀਫ ਵੀ ਸਾਨੂੰ ਵੀ ਓਡੀ ਉਹ ਤਕਲੀਫ ਹੈ ਜਿੰਨੀ ਅੱਜ ਉਸ ਪਰਿਵਾਰ ਦੇ ਵਿੱਚ ਹੈ। ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਪਰਿਵਾਰ ਦੇ ਕੋਈ ਐਸਾ ਪਰਿਵਾਰ ਨਹੀਂ ਜਿੱਥੇ ਲੜਾਈ ਨਹੀਂ ਹੁੰਦੀ, ਕੋਈ ਪਰਿਵਾਰ ਨਹੀਂ ਐਸਾ, ਬਹੁਤ ਘੱਟ ਲੋਕ ਹੋਣਗੇ ਜਿੱਥੇ ਲੜਾਈਆਂ ਨਹੀਂ ਹੁੰਦੀਆਂ। ਦੂਜੀ ਗੱਲ, ਅੱਜ ਮੈਂ ਸੁਣਦਾ ਸੀ ਕਿ ਡਰਿੰਕ ਕਰਕੇ ਗਾਲਾਂ ਕੱਢਦੇ ਆ, ਇਹ ਕਰਦੇ ਆ, ਉਹ ਕਰਦੇ ਆ। ਮੈਂ ਤਾਂ ਲੈਂਬਰ ਵੀਰ ਨੇ ਅਸੀਂ ਅਮੈਰੀਕਾ, ਉਹਨਾਂ ਦਾ ਅਮੈਰੀਕਾ ਕਨੇਡਾ ਦਾ 1.5 ਮਹੀਨੇ ਦਾ ਟੂਰ ਲਾਇਆ। ਲੈਂਬਰ ਵੀਰ ਪੀਂਦਾ, ਮੈਂ ਨਹੀਂ ਪੀਂਦਾ। ਉਹ ਰੂਟੀਨ 'ਚ ਜੇ ਦੋ ਚਾਰ ਦਿਨ ਬਾਅਦ ਕਿਤੇ ਪੀਂਦੇ ਵੀ ਸੀ, ਇੰਨੀ ਪੀਂਦੇ ਸੀ, ਜ਼ਿਆਦਾ ਵੀ ਪੀਂਦੇ ਸੀ, ਸਾਰੇ ਮਿੱਤਰ ਬੈਠ ਕੇ ਵੀ ਉਹ ਪੀਂਦੇ ਸੀ, ਪਰ ਕਦੇ ਮੈਂ ਨਹੀਂ ਦੇਖਿਆ ਕਿ ਕਦੇ ਅਪਸ਼ਬਦ ਕਿਸੇ ਕਿਸੇ ਭਰਾ ਨੂੰ ਉਹਨਾਂ ਨੇ ਬੋਲਿਆ। ਪਰਿਵਾਰਾਂ 'ਚ ਵੀ ਬੈਠ ਕੇ ਅਸੀਂ ਰੋਟੀਆਂ ਲੰਗਰ ਕਿਤੇ ਲੰਗਰ ਕਹਿੰਦਾ ਡਿਨਰ ਕਰਨ ਗਏ, ਕਿਸੇ ਦੇ ਘਰ ਬੈਠੇ, ਕਿਸੇ ਮਿੱਤਰ ਦੇ ਘਰ ਬੈਠੇ, ਉਹਨਾਂ ਨੇ ਉੱਥੇ ਡਰਿੰਕ ਕੀਤੀ, ਪਰ ਇੱਦਾਂ ਦਾ ਕਦੇ ਵੀ ਕੋਈ ਅਪਸ਼ਬਦ ਨਹੀਂ ਬੋਲਿਆ। ਅਤੇ ਨੰਬਰ 2, ਉਹਨਾਂ ਦੇ ਪਰਿਵਾਰ ਦਾ ਮਸਲਾ, ਉਹਨਾਂ ਦੇ ਪਰਿਵਾਰ ਦੇ ਮਸਲੇ ਨੂੰ ਆਪਾਂ ਪਰਿਵਾਰ ਦਾ ਮਸਲਾ ਹੀ ਰਹਿਣ ਦਈਏ। ਐਂਡ ਮੈਨੂੰ ਲੱਗਦਾ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਤੀਜੀ ਤੇ ਰਾ ਕੇ ਰਲਦੀ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਮਿੱਤਰ ਹੈ, ਉਹ ਥੋੜ੍ਹਾ ਜਿਹਾ ਫਿਰ ਉਹ ਮਸਲਾ ਵਿਵਾਦ ਬਣ ਜਾਂਦਾ, ਜਿੱਥੇ ਉਹ ਜਿਵੇਂ ਕਹਿੰਦੇ ਨੇ ਕਿ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ। ਅੱਜ ਮੈਂ ਉਹ ਗੁੜੀਆਂ ਨੂੰ ਵੀ ਦੇਖਦਾ ਸੀ, ਇੱਕ ਨੂਰ ਨੂੰ, ਕਿ ਅਸੀਂ ਤਾਂ ਪਾਪਾ ਨਾਲ ਰਹਿਣਾ ਚਾਹੁੰਦੇ ਹਾਂ, ਪਾਪਾ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ। ਬੱਚਿਆਂ ਨੂੰ ਕਿਤੇ ਘੂਰਿਆ ਹੋਊ, ਕਿਸੇ ਕੋਈ ਕਾਰਨ ਹੋਊਗਾ, ਉਹਦਾ ਕਾਰਨ ਆਪਾਂ ਨਹੀਂ ਜਾਣ ਸਕਦੇ ਕਿਉਂਕਿ ਆਪਾਂ ਕਿਹੜਾ ਨਾਲ ਸੀਗੇ। ਜਿਹੜਾ ਬੰਦਾ ਉੱਥੇ ਨਾਲ ਆ, ਮੈਂਬਰ ਭਰਾ ਆਪਣੀਆਂ ਸਫਾਈਆਂ ਦਿੰਦਾ, ਕਰਦੇ ਆਪਣੀਆਂ ਸਫਾਈਆਂ ਦਿੰਦੇ ਨੇ, ਉਹਨਾਂ ਦਾ ਮਸਲਾ ਉਹੀ ਜਾਣਦੇ ਨੇ। ਆਪਾਂ ਉਹਦੇ ਵਿੱਚ ਨਾ ਪਈਏ ਅਤੇ ਨਾ ਬੋਲੀਏ ਅਤੇ ਉਹ ਪਰਿਵਾਰ ਨੂੰ ਜੋੜ ਕੇ ਰੱਖੀਏ, ਕਿਉਂਕਿ ਆਰਟਿਸਟ ਦਾ ਭਰਾ, ਆਰਟਿਸਟ ਦਾ ਪਰਿਵਾਰ ਨਾ, ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲਦਾ, ਉਹ ਆਰਟਿਸਟ ਦਾ ਪਰਿਵਾਰ ਹੀ ਜਾਣ ਸਕਦਾ। ਆਰਟਿਸਟ ਨਾਲ ਕੀ ਹੁੰਦਾ, ਉਹ ਆਪਣੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦਾ, ਆਪਣੇ ਦੋਸਤਾਂ ਨੂੰ ਕਿਵੇਂ ਮੈਨੇਜ ਕਰਦਾ, ਦਿਨ ਰਾਤ ਕਿਵੇਂ ਘਰ ਲੇਟ ਪੇਟ ਆ ਕੇ ਵੀ ਉਹ ਮੈਨੇਜਮੈਂਟ ਕਰਦਾ, ਉਹ ਆਰਟਿਸਟ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰੀਏ, ਜਿਹੜੇ ਜਿਹੜੇ ਵੀ ਲੈਂਬਰ ਦੇ ਵੈਲਵਿਸ਼ਰ ਨੇ, ਕਿ ਆਪਾਂ ਉਸ ਭਰਾ ਦੀ ਜਾ ਕੇ, ਜੇ ਘਰ ਜਾ ਕੇ ਵੀ ਆਪਾਂ ਕਰਨੀ ਆ, ਪਹਿਲੀ ਕੋਸ਼ਿਸ਼ ਤਾਂ ਇਹ ਕਰੀਏ ਕਿ ਉਹ ਦੋਨਾਂ ਨੂੰ, ਦੋਨਾਂ ਜੀਆਂ ਨੂੰ ਅਤੇ ਪਰਿਵਾਰ ਨੂੰ ਇਕੱਲਿਆਂ ਰਹਿਣ ਦੀਏ, ਕਿ ਆਪਸ 'ਚ ਤੁਸੀਂ ਉਹ ਸਮਝੌਤਾ ਕਰੋ, ਆਪਸ 'ਚ ਰਲ ਕੇ ਉਹ ਫੈਸਲਾ ਕਰੋ ਕਿ ਤੁਸੀਂ ਕਿਵੇਂ ਰਹਿਣਾ, ਕਿਸੇ ਤੀਜੇ ਦੀ ਗੱਲ ਵਿੱਚ ਆ ਕੇ ਆਪਣਾ ਪਰਿਵਾਰ ਖਰਾਬ ਨਾ ਕਰੋ, ਤੀਜਾ ਬੰਦਾ ਹਮੇਸ਼ਾ ਵਿਗਾੜਦਾ ਹੀ ਹੈ। ਰਿਪੋਰਟ, ਜਸਟ ਟੀਵੀ।